ਇਸ ਵੇਲੇ ਦੀ ਦਿਲ ਦਹਿਲਾ ਕੇ ਰੱਖ ਦੇਣ ਵਾਲੀ ਖਬਰ ਜ਼ਿਲ੍ਹਾ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ, ਜਿੱਥੇ FCI ਗੋਦਾਮ ਦੇ ਵਿੱਚ ਕੁਝ ਲੋਕਾਂ ਵੱਲੋਂ ਅਜਿਹਾ ਕਾਰਾ ਕਰ ਦਿੱਤਾ ਗਿਆ ਕਿ ਜਿਸ ਤੋਂ ਬਾਅਦ ਪੂਰਾ ਇਲਾਕਾ ਦਹਿਲ ਉੱਠਿਆ। ਸੂਤਰਾਂ ਮੁਤਾਬਕ FCI ਗੋਦਾਮ ਦੇ ਵਿੱਚ ਕਣਕ ਉਤਾਰਨ ਦੌਰਾਨ ਟਰੈਕਟ ਲਗਾਉਣ ਦੀ ਥਾਂ ਨੂੰ ਲੈ ਕੇ ਡਰਾਈਵਰਾਂ ਦੇ ਵਿਚਕਾਰ ਬਹਿਸਬਾਜ਼ੀ ਹੋ ਜਾਂਦੀ ਹੈ, ਜਿਸ ਤੋਂ ਬਾਅਦ ਡਰਾਈਵਰਾਂ ਦੇ ਵਿਚਕਾਰ ਝੜਪ ਵੀ ਦੇਖਣ ਨੂੰ ਮਿਲੀ। ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਗਏ, ਇੱਟਾਂ ਪੱਥਰ ਰੋੜੇ ਚਲਾਏ ਗਏ ਨੇ। ਗੱਲ ਇੱਥੇ ਨਹੀਂ ਖਤਮ ਹੁੰਦੀ ਜਨਾਬ, ਫਿਰ ਗੋਲੀਆਂ ਵੀ ਚਲਾਈਆਂ ਗਈਆਂ, ਜਿਸ ਦੌਰਾਨ ਇੱਕ ਨੌਜਵਾਨ ਮੱਖਣ ਸਿੰਘ ਦੇ ਗੋਲੀ ਲੱਗਣ ਕਾਰਨ ਉਸਦੀ ਮੌਕੇ 'ਤੇ ਮੌਤ ਹੋ ਗਈ, ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਰਿਵਾਰ ਮੈਂਬਰਾਂ ਨੇ ਆੜ੍ਹਤੀਆਂ ਉੱਤੇ ਗੋਲੀ ਚਲਾਉਣ ਦੇ ਗੰਭੀਰ ਇਲਜ਼ਾਮ ਲਗਾਏ ਨੇ। ਬਹੁਤ ਸਰਪੰਚ ਦਾ ਮੁੰਡਾ ਵਾ ਇਹ, ਆਪਣੇ ਦਾਣੇ ਗੱਡੀ 'ਚ ਲੱਦੇ ਸੀ, ਉਹ ਮੁੰਡਿਆਂ ਨੇ ਆਣ ਕੇ ਤੇ ਇਹਨੂੰ ਗੋਲੀ ਮਾਰਤੀ ਆ। ਸਾਨੂੰ ਇਨਸਾਫ਼ ਚਾਹੀਦਾ, ਅਸੀਂ ਬਸ ਉਹਨੂੰ ਅੱਗ ਲਾਉਣੀ ਆ, ਜਿਸ ਤਰ੍ਹਾਂ ਮੇਰਾ ਭਰਾ ਪਿਆ ਨਾ, ਅਸੀਂ ਵੀ ਉਹਨੂੰ ਇਸ ਤਰ੍ਹਾਂ ਹੀ ਫੂਕਣਾ ਵਾ, ਠੀਕ ਆ ਨਾ। ਸਾਡਾ ਕੋਈ ਉਹਨਾਂ ਨਾਲ ਇਨਸਾਫ਼ ਨੀ ਆ, ਉਹਨੂੰ ਬਸ ਮਾਰਨਾ ਵਾ ਉਹਨੂੰ ਵੀ। ਕੌਣ ਬੰਦਾ ਉਹ? ਪਤਾ ਨੀ ਆ ਬੰਦਾ, ਹੁਣ ਮੁੰਡੇ ਗਏ ਆ ਲੱਭਣ, ਜੇ ਲੱਭ ਗਿਆ ਤੇ ਅਸੀਂ ਸਾਹਮਣੇ ਲਿਆ ਕੇ ਫੂਕਣਾ ਉਹਨੂੰ। ਦਾਣੇ ਕਿੱਥੇ ਲੈ ਕੇ ਜਾ ਰਹੇ ਹੈਗੇ? ਦਾਣੇ ਮੰਡੀ ਲੈ ਕੇ ਜਾਣ ਡੇ ਸੇਲਰ 'ਚ। ਹਾਂਜੀ, ਇਹ ਕੀ ਕੰਮ ਕਰਦੇ ਹੈਗੇ? ਇਹ ਮੰਡੀ, ਇਹਨਾਂ ਦੇ ਡਰਾਈਵਰ ਆਪਣੀਆਂ ਗੱਡੀਆਂ ਸਾਡੀਆਂ, ਕਿਸੇ ਦੀ ਗੱਡੀ ਨੀ ਚਲਾਉਂਦੇ, ਉਹ ਆਪਣੀਆਂ ਗੱਡੀਆਂ ਲੈ ਕੇ ਜਾਣ ਡੇ ਆ। ਭਾਜੀ 4-5 ਗੱਡੀਆਂ ਵੱਡੀਆਂ, ਤੁਹਾਨੂੰ ਕਿਹਦਾ ਪਤਾ ਲੱਗਾ ਗੋਲੀ ਵੱਜੀ? ਇਹ ਹੁਣ ਸਾਨੂੰ ਫੋਨ ਗਏ, ਛੋਟਾ ਭਤੀਜਾ ਮੇਰੇ ਦੀ ਮਗਰ ਗੱਡੀ ਸੀ, ਉਹ ਕਿਤੇ ਗਾਂਹ ਹੋਣ ਲੱਗਾ ਤੇ ਉਹਨਾਂ ਪਹਿਲਾਂ ਇਹਨੂੰ ਗੋਲੀ ਮਾਰਤੀ ਆ ਢਿੱਡ 'ਚ। ਜਿੰਨਾ ਤੱਕ ਉਹਨਾਂ ਨੇ ਹੋਸਪਿਟਲ ਦਿਓਲ ਦੇ ਲਿਆਂਦਾ ਵਾ, ਉਹਨੇ ਚਿਰ ਮੇਰੇ ਸਾਹ ਮੁੱਕ ਗਏ ਸੀ। ਆਹ ਮੇਰਾ ਛੋਟਾ ਭਤੀਜਾ ਨਾਲ ਆ, ਵੇਖੋ ਇਹ ਵੀ ਵਿਚਾਰਾ ਦਫ਼ਤਰ 'ਚ ਡਿਊਟੀ ਕਰਦਾ ਵਾ, ਤੇ ਉਹਨੇ ਚਿਰ ਨੂੰ ਉਹ ਵੀ ਵਿਚਾਰਾ ਲਿਬੜਿਆ ਤੇ ਬੜਿਆ ਵੀ ਪਹੁੰਚਿਆ ਹੁੰਦਾ ਸਾਹ ਹਾਨੀ। ਹਾਏ ਮੇਰੇ ਭਰਾ ਨੂੰ ਇਨਸਾਫ਼ ਚਾਹੀਦਾ ਬਸ। ਗੋਦਾਮਾਂ ਦੇ ਸਾਹਮਣੇ ਹੋਈ ਆ। ਹਾਂਜੀ, ਸਾਡਾ ਪਿਓ ਜਿਹੜਾ ਸਰਪੰਚ, 15 ਸਾਲ ਸਰਪੰਚ, ਬਹੁਤ ਸਰਪੰਚ ਲੂਣਾ ਪਿੰਡ। ਗੱਡੀ ਦੀ ਚਾਚਾ ਜੀ ਬਿਲਕੁਲ ਸਹੀ ਆ, ਉਹਦੇ ਡਰਾਈਵਰ ਨੇ ਸਾਰੇ ਨਾਰਤੀ ਆ, ਡਰਾਈਵਰ ਨੇ ਗਲਤ ਗੱਡੀ ਵਾਰੀ ਆ, ਟਾਇਰ ਪਾੜ ਗਿਆ ਜੀ, ਹੱਥੋਂ ਫਾਈ ਹੋ ਗਏ ਆ, ਫੈਸਲਾ ਹੋ ਗਿਆ ਵੀ ਕੋਈ ਗੱਲ ਨੀ ਜੀ। ਮੁੜ ਕੇ ਉਹਨੇ ਆਰਤੀ ਦੇ ਡਰਾਈਵਰ ਨੇ ਬਾਪ ਨੇ ਮਾਲਕ ਨੂੰ ਸੱਦਿਆ ਵਾ, 2 ਗੱਡੀਆਂ ਆਈਆਂ ਵਾ, ਉਹਨਾਂ ਆਉਂਦੇ ਹੱਥੋਂ ਵਾਹੀ ਹੋਏ ਆ, ਸ਼ਨੋਏ ਨਾਲ ਉਹਨਾਂ ਨੇ ਗੋਲੀਆਂ ਮਾਰੀਆਂ ਵਾ। ਹਰਭਾਲ ਸਿੰਘ ਦਾ ਨਾਮ ਵਾ, ਆਧਾਰ ਕਾਰਡ ਦੀ ਫੋਟੋ ਵਾ ਇਹਦੇ ਵਿੱਚ, ਉਹਨਾਂ ਗੋਲੀਆਂ ਮਾਰੀਆਂ ਤੇ ਭੱਜ ਗਏ ਆ ਜੀ। ਗੋਲੀ ਹਰਭਾਲ ਸਿੰਘ ਨਾਂ ਦੇ ਬੰਦੇ ਨੇ? ਹਾਂਜੀ ਹਾਂਜੀ ਹਾਂਜੀ, ਫੋਟੋ ਆਈ ਹੋਈ ਤੇ ਡਰਾਈਵਰ ਆ ਜਿਹੜਾ। ਕਿੰਨੇ ਬੰਦੇ ਸੀ ਉਹ? ਫੋਟੋ ਸ਼ੋਅ ਕਰਾ। ਕਿੰਨੇ ਜਣੇ ਸੀ ਉਹ? 4 ਜਣੇ ਜੀ। ਆਰਤੀ ਕਿਹੜਾ ਸੀ ਨਾਲ? ਉਹਦਾ ਨਾਂ ਹਰਭਾਲ ਸਿੰਘ ਜੀ। ਆਰਤੀ ਨਾਲ? ਹਾਂਜੀ ਹਾਂਜੀ, ਆਰਤੀ ਕੱਚਾ ਨਾਂ ਸਾਜਨ ਜੀ ਦਾ। ਕੀ ਮੰਗ ਕਰਦੇ ਹੋ? ਹਾਂਜੀ, ਕੀ ਮੰਗ ਕਰਦੇ ਹੋ? ਪੁਲਿਸ ਇਨਸਾਫ ਚਾਹੀਦਾ ਜੀ ਸਾਨੂੰ, ਨਹੀਂ ਤੇ ਅਸੀਂ ਗੱਡੀਆਂ ਨੂੰ ਅੱਗ ਲਾਵਾਂਗੇ, ਲੱਦੇ ਲਗਾਏ ਸਮਾਨ ਨੂੰ ਇਹਦੇ ਨੂੰ, ਸਿੱਧੀ ਗੱਲ। ਗੱਡੀਆਂ ਦੀ ਤੋੜ ਫੋੜ ਕਿੰਨੇ ਕੀਤੀ ਹੈ? ਹਾਂਜੀ, ਜਿਹੜੀ ਗੱਡੀਆਂ ਦੀ ਤੁਹਾਡੇ ਚਾਚਾ ਜੀ ਉਹਨਾਂ ਨੂੰ ਪਤਾ ਲੱਗਾ ਵੀ ਦੈਥ ਹੋ ਗਈ, ਫੇਰ ਅਸੀਂ ਗੁੱਸੇ ਜਾ ਕੇ ਭੰਨ ਤੋੜ ਉਹਨਾਂ ਦੀ ਗੱਡੀਆਂ। ਹਾਂਜੀ, ਉਹਨਾਂ ਦੀਆਂ ਗੱਡੀਆਂ ਜੀ। ਕਿੱਥੋਂ ਆਉਣਾ ਚੋਣ ਜਾਬਤਾ 'ਚ? ਪੁਲਿਸ ਪ੍ਰਸ਼ਾਸਨ ਕਈ ਕਰ ਲਿਆ ਵਾ। ਕਿੰਨਾ ਅਸਲਾ ਸੀ ਉਹਨਾਂ ਦਾ? ਹਾਂਜੀ, ਇੱਕੋ ਸੰਦ ਜੀ, ਬਾਕੀ ਉਹ ਵੇਖੋ ਗੱਡੀ 'ਚ ਪਈਆਂ ਵਾ, ਕਿਰਪਾਨਾਂ ਹੀ ਗੰਡਾਸੀਆਂ ਜੀ, ਉਹ ਉੱਥੇ ਥਾਣੇ ਲੈ ਗਏ ਇਹਨਾਂ ਦੇ ਜੀ। ਕਿਹੜਾ ਹਥਿਆਰ ਕਿਹੜਾ ਸੀ ਉਹਨਾਂ ਕੋਲ? ਪਿਸਟਲ ਹੀ ਇੱਕ ਜੀ। ਉੱਥੇ ਹੀ DSP ਮੋਹਨ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ FCI ਦੇ ਗੋਦਾਮਾਂ ਦੇ ਬਾਹਰ ਕਣਕ ਦੇ ਭਰੇ ਹੋਏ ਟਰੱਕ ਖੜੇ ਸੀ, ਉਹ 1x1 ਅੰਦਰ ਜਾ ਕੇ ਖਾਲੀ ਹੁੰਦੇ ਸੀ। ਟਰੱਕ ਨੂੰ ਗੋਦਾਮ ਦੇ ਅੰਦਰ ਜਾਣ ਵਾਸਤੇ ਇੱਕੋ ਹੀ ਰਸਤਾ ਸੀ, ਗੇਟ ਤੋਂ 2 ਟਰੱਕਾਂ ਵਾਲੇ ਆਪਸ ਵਿੱਚ ਇੰਟਰ ਕਰਨ ਤੋਂ ਆਪਸ ਵਿੱਚ ਲੜ ਪਏ। ਇਸ ਲੜਾਈ ਦੌਰਾਨ ਗੋਲੀ ਚੱਲਣ ਕਾਰਨ ਇੱਕ ਟਰੱਕ ਡਰਾਈਵਰ ਮੱਖਣ ਮਸੀਹ ਦੀ ਮੌਤ ਹੋ ਗਈ।
ਜਿਹਦੇ ਸੰਬੰਧ ਵਿੱਚ ਐਫ ਆਈ ਆਰ ਨੰਬਰ 78 ਅੰਡਰ ਸੈਕਸ਼ਨ 302 IPC 342 IPC 2553 ਨਾਲ ਅਰੈਸਟ ਪਰਚਾ ਦਰਜ ਕਰ ਲਿਆ ਗਿਆ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਕਿੰਨੇ ਦੋਸ਼ੀ ਹੈ ਇਹਦੇ ਵਿੱਚ? 3 ਦੋਸ਼ੀ ਹੈ ਜੀ। ਇਹਨਾਂ ਵਿੱਚ ਹੈ ਜੀ ਇੱਕ ਅਮਨਦੀਪ ਪੁੱਤਰ ਬਨਾਰਸੀ ਦਾਸ ਵਾਸੀ ਮੁਦਾਮਪੁਰ, ਦੂਸਰਾ ਹੈਗਾ ਸਾਜਨ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਘੁੱਲਾ, ਤੀਜਾ ਹੈਗਾ ਹਰਪਾਲ ਸਿੰਘ ਪੁੱਤਰ ਮੁਲਖਾ ਸਿੰਘ ਵਾਸੀ ਮੱਟਮ। ਨਹੀਂ, ਇਹਨਾਂ ਚੋਂ ਇੱਕ ਡਰਾਈਵਰ ਹੈ, 2 RP ਹੈ। DSP ਮੋਹਨ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਹਰਪਾਲ ਸਿੰਘ ਵਾਸੀ ਪਿੰਡ ਮਟਵਾ ਥਾਣਾ ਦੀਨਾ ਨਗਰ, ਸਾਜਨ ਸ਼ਰਮਾ ਵਾਸੀ ਘੁੱਲਾ ਅਤੇ ਅਮਨਦੀਪ ਸਿੰਘ ਵਾਸੀ ਮੁਦਾਦਪੁਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਇਹਨਾਂ ਦੇ ਵਿੱਚੋਂ ਅਮਨਦੀਪ ਸਿੰਘ ਟਰੱਕ ਡਰਾਈਵਰ ਹੈ ਅਤੇ ਹਰਪਾਲ ਸਿੰਘ ਤੇ ਸਾਜਨ ਸ਼ਰਮਾ ਆੜਤੀ ਹਨ। ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੇ ਵਿੱਚ ਫਿਲਹਾਲ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ, ਪਰ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇੱਕ ਪਾਸੇ ਤਾਂ ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਸ਼ਹਿਰ ਦੇ ਵਿੱਚ ਚੱਪੇ ਚੱਪੇ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਹੈ, ਪਰ ਦੂਜੇ ਪਾਸੇ ਸ਼ਹਿਰ ਦੇ ਵਿੱਚ ਸ਼ਰੇਆਮ ਗੋਲੀਆਂ ਚੱਲਦੀਆਂ ਨੇ। ਇਹ ਘਟਨਾ ਪੁਲਿਸ ਪ੍ਰਸ਼ਾਸਨ ਲਈ ਇੱਕ ਵੱਡੀ ਚੁਣੌਤੀ ਹੈ। ਅਜਿਹੇ 'ਚ ਦੇਖਣਾ ਹੋਵੇਗਾ ਕਿ ਫਰਾਰ ਹੋਏ ਮੁਲਜ਼ਮਾਂ ਨੂੰ ਪੁਲਿਸ ਕਦੋਂ ਤੱਕ ਫੜ ਕੇ ਸਲਾਖਾਂ ਪਿੱਛੇ ਸੁੱਟੇਗੀ। ਹੱਕੀ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ।